13 ਸਾਲ ਪੁਰਾਣੇ ਸਿਟੀ ਸੈਂਟਰ ਕੇਸ ਦੇ ਵਿੱਚ ਫੈਸਲਾ ਆ ਚੁੱਕਾ ਹੈ ਤੇ ਕੈਪਟਨ ਅਮਿੰਦਰ ਸਿੰਘ ਸਮੇਤ ਸਾਰੇ ਹੀ ਆਰੋਪੀਆਂ ਨੂੰ ਕੋਰਟ ਵੱਲੋਂ ਅੱਜ ਬਰੀ ਕਰ ਦਿੱਤਾ ਗਿਆ। ਸਾਡੇ ਨਾਲ ਮੌਜੂਦ ਨੇ ਵਿਜੇ ਸਿੰਗਲਾ ਜੀ, ਡਾਇਰੈਕਟਰ ਪ੍ਰੋਸੀਕਿਊਸ਼ਨ ਪੰਜਾਬ। ਸਰ, ਫੈਸਲਾ ਆ ਚੁੱਕਾ ਹੈ, ਕਿਸ ਤਰ੍ਹਾਂ ਦੇਖਦੇ ਹੋ ਫੈਸਲੇ ਨੂੰ ਤੇ ਫੈਸਲਾ ਕੀ ਆਇਆ ਜੀ? ਫੈਸਲਾ ਇਹ ਹੈ ਵੀ ਜੋ ਅਸੀਂ ਕੈਂਸਲੇਸ਼ਨ ਰਿਪੋਰਟ ਬਾਅਦ ਦੇ ਵਿੱਚ ਸਬਮਿਟ ਕੀਤੀ ਸੀ ਇਨਵੈਸਟੀਗੇਟਿੰਗ ਏਜੰਸੀ ਨੇ, ਉਹ ਆਨਰੇਬਲ ਕੋਰਟ ਨੇ ਜਿਹੜੀ ਆ ਅੱਜ ਅਸੈਪਟ ਕਰ ਲਈ ਆ ਔਰ ਸਾਰੇ ਦੇ ਸਾਰੇ ਦੋਸ਼ੀਆਂ ਨੂੰ ਉਹਨਾਂ ਨੇ ਡਿਸਚਾਰਜ ਕਰ ਦਿੱਤਾ ਹੈ। ਇਟ ਮੀਨਸ ਉਹਦਾ ਮਤਲਬ ਇਹ ਹੈ ਕਿ ਐਕਚੁਅਲੀ ਇਸ ਕੁਛ ਹੈ ਹੀ ਨਹੀਂ ਸੀ ਕੋਈ ਵੀ ਐਲੀਗੇਸ਼ਨਸ, ਔਰ ਜਿਹੜੇ ਵੀ ਐਲੀਗੇਸ਼ਨ ਸੀਗੇ ਔਰ ਉਹਨਾਂ ਹੀ ਡਾਕੂਮੈਂਟਸ ਦੇ ਉੱਤੇ ਉਹਨਾਂ ਨੇ ਗਲਤ ਇੰਟਰਪ੍ਰੇਟ ਕਰਕੇ ਇਹ ਜਿਹੜਾ ਚਲਾਣਾ ਆਲਰੇਡੀ ਦਿੱਤਾ ਹੋਇਆ ਸੀਗਾ ਉਹਨਾਂ ਹੀ ਡਾਕੂਮੈਂਟਸ 'ਤੇ ਅਸੀਂ ਆਰਗੂ ਕੀਤਾ, ਜਿਹੜਾ ਕਿ ਆਨਰੇਬਲ ਕੋਰਟ ਨੇ ਮੰਨ ਕੇ ਸਾਰੇ ਅਕਿਊਜ਼ ਨੂੰ ਡਿਸਚਾਰਜ ਕੀਤਾ। ਸਰ, ਇਸ ਮਾਮਲੇ 'ਚ ਟੋਟਲ 36 ਅਕਿਊਜ਼ ਸੀਗੇ ਅਤੇ ਅੱਜ ਕੋਰਟ ਦੇ ਵਿੱਚ ਕਿੰਨੇ ਪੇਸ਼ ਹੋਏ ਆ? ਅੱਜ ਕੋਰਟ ਦੇ ਵਿੱਚ 30 ਪੇਸ਼ ਹੋਏ ਆ, 5 ਬੰਦਿਆਂ ਦੀ ਡੈਥ ਹੋ ਚੁੱਕੀ ਆ ਔਰ ਇੱਕ ਮਤਲਬ ਉਹ ਅਬਰੋਡ ਸੀ ਇਸ ਕਰਕੇ ਆ ਨਹੀਂ ਸਕੇ, ਲੇਕਿਨ ਕੋਰਟ ਨੇ ਸਾਰੀ ਟੋਟੈਲਿਟੀ ਆਫ ਸਰਕਮਸਟੈਂਸਿਸ ਦੇਖਦੇ ਹੋਏ ਅੱਜ ਫੈਸਲਾ ਕਰ ਦਿੱਤਾ ਹੈ ਔਰ ਸਾਰੇ ਦੇ ਸਾਰੇ ਅਕਿਊਜ਼ ਜਿਹੜੇ ਆ ਉਹ ਡਿਸਚਾਰਜ ਕੀਤੇ ਆ। ਸਰ, ਹੋਰ ਫੈਸਲੇ ਦੇ ਵਿੱਚ ਕਿਸ ਤਰ੍ਹਾਂ ਦੀ ਆ ਫੈਸਲਾ ਪੜ੍ਹ ਕੇ ਪਤਾ ਲੱਗੂਗਾ ਜੀ? ਜਦੋਂ ਫੈਸਲਾ ਆ ਦੀ ਕਾਪੀ ਮਿਲੂਗੀ, ਪੜ੍ਹ ਕੇ ਪਤਾ ਲੱਗੂ ਵੀ ਉਹਨਾਂ ਨੇ ਕੀ ਕੀ ਦਲੀਲਾਂ ਦਿੱਤੀਆਂ। ਅਦਰਵਾਈਜ਼ ਜੋ ਅਸੀਂ ਪ੍ਰੈਜੈਂਟ ਕੀਤਾ ਸੀਗਾ ਕੈਂਸਲੇਸ਼ਨ ਰਿਪੋਰਟ ਦੇ ਵਿੱਚ ਉਹ ਸਾਰੀਆਂ ਚੀਜ਼ਾਂ ਉਹਨਾਂ ਨੇ ਮੰਨ ਲਈਆਂ। ਸਰ, ਇਹਦੇ ਮੇਨ ਅਕਿਊਜ਼ ਕਿਹੜੇ ਕਿਹੜੇ ਸੀਗੇ ਜੀ? ਮੇਨ ਅਕਿਊਜ਼ ਤਾਂ ਸਾਰੇ ਅਕਿਊਜ਼ ਤਾਂ ਸਾਰੇ ਅਕਿਊਜ਼ ਹੀ ਹੁੰਦੇ ਆ ਜੀ। ਨਹੀਂ, ਕੋਈ ਅਕਿਊਜ਼ ਕੈਪਟਨ ਮੁੱਖ ਮੰਤਰੀ ਪੰਜਾਬ ਸਮੇਤ ਹੋਰ ਕੌਣ ਕੌਣ ਸੀਗਾ ਜਿਹੜੇ ਅੱਜ ਹਾਜ਼ਰ ਹੋਏ ਆ? ਕੈਪਟਨ ਸਾਹਿਬ ਸੀ ਅਤੇ ਹੋਰ ਤਾਂ ਕੋਈ ਮੇਨ ਵਾਲੀ ਕੋਈ ਗੱਲ ਨਹੀਂ ਹੁੰਦੀ ਜੀ। ਅੱਜ ਸਾਰੇ ਹਾਜ਼ਰ ਹੋਏ ਆ ਜੀ। ਇੱਕ ਲੜਕੀ ਹੈ ਉਹ ਮੈਡੀਕਲ ਪ੍ਰੋਬਲਮ ਕਰਕੇ ਨਹੀਂ ਹਾਜ਼ਰ ਹੋ ਸਕੀ, ਅਦਰਵਾਈਜ਼ ਸਾਰੇ ਦੇ ਸਾਰੇ ਮੁਲਜ਼ਮ ਹਾਜ਼ਰ ਸੀ। ਸਰ, ਟੋਟਲੀ ਬਰੀ ਕੀਤਾ, ਕੋਈ ਕੋਈ ਜੁਰਮਾਨਾ ਵਗੈਰਾ ਜਾਂ ਕੁਛ ਨਹੀਂ ਜੀ? ਟੋਟਲ ਡਿਸਚਾਰਜ ਹੋਇਆ ਜੀ। ਉਹਨਾਂ ਨੇ ਜਿਹੜੀ ਸਾਡੀ ਕੈਂਸਲੇਸ਼ਨ ਰਿਪੋਰਟ ਸੀ ਉਹ ਅਸੈਪਟ ਕੀਤੀ ਹੈ ਐਂਡ ਆਲ ਦੀ ਅਕਿਊਜ਼ਡ ਹੈਵ ਬੀਨ ਡਿਸਚਾਰਜ। ਸਰ, ਹੁਣ ਸਿਟੀ ਸੈਂਟਰ ਦੇ ਜਿਹੜਾ ਢਾਂਚਾ ਵਾ ਉਹਦੇ ਬਾਰੇ ਵੀ ਕੁਝ ਫੈਸਲੇ ਲਿਖਿਆ ਗਿਆ? ਉਹਦੇ ਬਾਰੇ ਜਦੋਂ ਫੈਸਲਾ ਆਊਗਾ ਉਹਦੇ ਬਾਰੇ ਪਤਾ ਲੱਗੂਗਾ, ਲੇਕਿਨ ਉਹਦੇ ਬਾਰੇ ਕੋਈ ਨਾ ਤਾਂ ਮੁੱਦਾ ਸੀ ਅਤੇ ਨਾ ਕੋਈ ਅਸੀਂ ਐਕਸਪੈਕਟ ਕਰਦੇ ਹਾਂ ਵੀ ਕੋਈ ਚੀਜ਼ ਉਹਨਾਂ ਨੇ ਲਿਖੀ ਹੋਊਗੀ। ਸਰ, ਲਗਾਤਾਰ ਸਿਮਰ ਬੈਂਸ ਵੱਲੋਂ ਇਸ ਕਲੋਜ਼ਰ ਰਿਪੋਰਟ ਦੇ ਵਿੱਚ ਪਾਰਟੀ ਬਣਨ ਦੀ ਐਪਲੀਕੇਸ਼ਨਾਂ ਦਿੱਤੀਆਂ ਜਾਂਦੀਆਂ ਰਹੀਆਂ। ਪਹਿਲਾਂ ਵੀ ਡਿਸਮਿਸ ਹੋਈ ਸੀ ਜੀ, ਇੱਕੋ ਹੀ ਐਪਲੀਕੇਸ਼ਨ ਦਿੱਤੀ ਸੀ ਜਿਹੜੀ ਕਿ ਡਿਸਮਿਸ ਹੋ ਗਈ ਸੀ ਅਤੇ ਹੁਣ ਉਹਨਾਂ ਨੇ ਹਾਈਕੋਰਟ ਦੇ ਵਿੱਚ ਪਾਈ ਆ, ਉਹ ਹਾਈਕੋਰਟ ਨੇ ਆਨਰੇਬਲ ਹਾਈਕੋਰਟ ਨੇ ਡਿਸਾਈਡ ਕਰਨਾ ਜੀ। ਅੱਜ ਫੈਸਲੇ ਤੋਂ ਪਹਿਲਾਂ ਉਹ ਕਹਿ ਕੇ ਗਏ ਉਹਨਾਂ ਨੂੰ ਪੂਰਨ ਵਿਸ਼ਵਾਸ ਹੈ ਕਾਨੂੰਨ ਦੇ ਉੱਤੇ ਅਤੇ ਉਹਨਾਂ ਦਾ ਕਹਿਣਾ ਕਿ ਜੇ ਫੈਸਲਾ ਕੈਪਟਨ ਅਮਰਿੰਦਰ ਸਿੰਘ ਨੂੰ ਬਰੀ ਕਰਦੇ ਆ ਇਸ ਕੇਸ ਦੇ ਵਿੱਚ ਤਾਂ ਉਸ ਮਾਮਲੇ ਨੂੰ ਲੈ ਕੇ ਸੁਪਰੀਮ ਕੋਰਟ 'ਚ ਜਾਣਗੇ। ਮੈਂ ਉਹਨਾਂ ਦੇ ਕਹਿਣ 'ਤੇ ਕੋਈ ਕਮੈਂਟ ਨਹੀਂ ਕਰਦਾ ਜੀ, ਠੀਕ ਹੈ ਕਿ ਨਹੀਂ? ਅਸੀਂ ਤਾਂ ਇਹ ਹੈ ਵੀ ਜੋ ਲੀਗਲ ਪੋਜੀਸ਼ਨ ਅਸੀਂ ਅਦਾਲਤ ਨੂੰ ਦੱਸੀ ਸੀ ਅਦਾਲਤ ਨੇ ਉਹ ਸਾਡੀ ਅਸੈਪਟ ਕੀਤੀ ਹੈ ਅਤੇ ਇਹ ਸਾਰੇ ਅਕਿਊਜ਼ ਨੂੰ ਡਿਸਚਾਰਜ ਕੀਤਾ ਹੈ। ਸਰ, 13 ਸਾਲ ਪੁਰਾਣਾ ਮਾਮਲਾ ਵਾ, ਕਿਸ ਤਰ੍ਹਾਂ ਦੇਖਦੇ ਹੋ ਅੱਜ ਦੇ ਫੈਸਲੇ ਨੂੰ, ਕਿਸ ਤਰ੍ਹਾਂ ਦੇਖਦੇ ਹੋ ਜੀ? ਨਹੀਂ ਜੀ, ਕੇਸ ਬਹੁਤ ਲੰਬਾ ਸੀ ਇਸ ਕਰਕੇ ਥੋੜ੍ਹਾ ਟਾਈਮ ਲੱਗ ਗਿਆ, ਨਹੀਂ ਅਦਰਵਾਈਜ਼ ਕੋਈ ਐਸੀ ਗੱਲ ਨਹੀਂ। ਜਿੱਦਾਂ ਦੇ ਕੈਂਸਲੇਸ਼ਨ ਰਿਪੋਰਟ ਦਿੱਤੀ ਆ ਇਹ ਬੜਾ ਕੁਇਕਲੀ ਜਿਹੜਾ ਹੈ ਪਰਸਿਊ ਹੋ ਰਿਹਾ ਸੀ, ਪੈਰਵੀ ਦੀ ਕੀਤੀ ਜਾ ਰਹੀ ਸੀ ਸਾਰਿਆਂ ਦੀ ਅਤੇ ਉਹ ਖਤਮ ਹੋ ਗਿਆ। ਸਰ, ਇਸ ਮਾਮਲੇ ਦੇ ਵਿੱਚ ਕਈ ਅਕਿਊਜ਼ ਸੀਗੇ, ਸਰਕਾਰ ਵੱਲੋਂ ਕਿੰਨੇ ਜਿਹੜੇ ਐਡਵੋਕੇਟ ਇਸ ਮਾਮਲੇ ਦੇ ਵਿੱਚ ਪੈਰਵੀ ਕਰ ਰਹੇ ਸੀਗੇ? ਸਰਕਾਰ ਵੱਲੋਂ ਮੈਂ ਵੀ ਸੀ ਔਰ ਸਾਡੇ ਇੱਥੇ ਡਿਸਟ੍ਰਿਕਟ ਅਟਾਰਨੀ ਜਿਹੜੇ ਮਿਸਟਰ ਅਬਰੋਲ, ਅਸੀਂ ਦੋਨਾਂ ਨੇ ਜਿਹੜੇ ਪੈਰਵੀ ਕੀਤੀ ਹੈ ਜੀ। ਸਰ, ਕਿਸ ਤਰ੍ਹਾਂ ਦੇਖਦੇ ਹੋ ਇਤਿਹਾਸਿਕ ਫੈਸਲਾ? ਇੱਕ ਫੈਸਲਾ ਵਧੀਆ ਜੀ, ਇਤਿਹਾਸਿਕ ਵਾਲੀ ਤਾਂ ਸਾਨੂੰ ਕੋਈ ਗੱਲ ਨਹੀਂ, ਸਾਡੇ ਲਈ ਤਾਂ ਸਾਰੇ ਕੇਸਿਸ ਇੱਕੋ ਜਿਹੇ ਹੁੰਦੇ ਆ ਜੀ। ਜੀ ਬਿਲਕੁਲ, ਇਹ ਸੀਗੇ ਵਿਜੇ ਸਿੰਗਲਾ ਜੀ, ਡਿਸਟ੍ਰਿਕਟ ਪ੍ਰੋਸੀਕਿਊਸ਼ਨ ਪੰਜਾਬ, ਜਿਨ੍ਹਾਂ ਦਾ ਕਹਿਣਾ ਹੈ ਕਿ ਅੱਜ ਦੇ ਕੇਸ ਦੇ ਵਿੱਚ ਫੈਸਲੇ ਬਾਰੇ ਦੱਸਿਆ ਉਹਨਾਂ ਨੇ ਕਿ ਕੈਂਸਲੇਸ਼ਨ ਕਲੋਜ਼ਰ ਰਿਪੋਰਟ ਜਿਹੜੀ ਹੈਗੀ ਆ ਵਿਜੀਲੈਂਸ ਵੱਲੋਂ ਦਾਇਰ ਕੀਤੀ ਗਈ ਸੀ ਕੋਰਟ ਦੇ ਵਿੱਚ ਕਿ ਇਸ ਮਾਮਲੇ ਦੇ ਵਿੱਚ ਇਸ ਮਾਮਲੇ ਨੂੰ ਕਲੋਜ਼ਰ ਕੀਤਾ ਜਾਵੇ, ਉਸ ਮਾਮਲੇ ਦੇ ਵਿੱਚ ਅੱਜ ਫੈਸਲਾ ਆਇਆ ਵਾ, ਕੋਰਟ ਨੇ ਉਹ ਜਿਹੜੀ ਕਲੋਜ਼ਰ ਰਿਪੋਰਟ ਹੈ ਉਸ ਨੂੰ ਮੰਨਦੇ ਹੋਏ ਸਾਰੇ ਹੀ ਅਕਿਊਜ਼ ਜਿਹੜੇ ਵੀ ਸੀਗੇ ਅਕਿਊਜ਼, 36 ਅਕਿਊਜ਼ ਸੀਗੇ, ਉਹ ਸਾਰਿਆਂ ਨੂੰ ਬਰੀ ਕਰ ਦਿੱਤਾ ਗਿਆ। ਬੇਸ਼ੱਕ ਉਹਨਾਂ ਦੇ ਵਿੱਚੋਂ 5 ਜਿਹੜੇ ਅਕਿਊਜ਼ ਸੀਗੇ ਉਹਨਾਂ ਦੀ ਡੈਥ ਹੋ ਚੁੱਕੀ ਆ ਅਤੇ 30 ਅਕਿਊਜ਼ ਅੱਜ ਕੋਰਟ ਦੇ ਵਿੱਚ ਹਾਜ਼ਰ ਹੋਏ, ਜਿਨ੍ਹਾਂ ਵਿੱਚੋਂ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਬਾਕੀ ਅਕਿਊਜ਼ MLA ਸੰਜੇ ਤਲਵਾਰ ਅਤੇ ਹੋਰ ਟਰੱਸਟੀ ਅਤੇ ਹੋਰ ਜਿਹੜੇ ਅਕਿਊਜ਼ ਗਏ ਸਾਰੇ 30 ਅਕਿਊਜ਼ ਇਹਦੇ ਵਿੱਚ ਹਾਜ਼ਰ ਹੋਏ ਅਤੇ ਇੱਕ ਜਿਹੜੀ ਲੇਡੀ ਸੀਗੀ ਉਹ ਅਬਰੋਡ ਹੋਣ ਕਰਕੇ ਇਸ ਦੇ ਵਿੱਚ ਹਾਜ਼ਰ ਨਹੀਂ ਹੋ ਸਕੀ ਅਤੇ ਕੁੱਲ ਮਿਲਾ ਕੇ ਜਿਹੜੇ ਪੰਜਾਬ ਦੇ ਪ੍ਰੋਸੀਕਿਊਸ਼ਨ ਡਾਇਰੈਕਟਰ ਪ੍ਰੋਸੀਕਿਊਸ਼ਨ ਪੰਜਾਬ ਉਹਨਾਂ ਨੇ ਫੈਸਲੇ ਉੱਤੇ ਖੁਸ਼ੀ ਜਤਾਈ ਹੈ ਅਤੇ ਉਹਨਾਂ ਦਾ ਕਹਿਣਾ ਕਿ ਕਾਨੂੰਨ ਦੇ ਉੱਤੇ ਉਹਨਾਂ ਨੂੰ ਪੂਰਨ ਵਿਸ਼ਵਾਸ ਸੀਗਾ ਅਤੇ ਉਸ ਦੀ ਅੱਜ ਜਿੱਤ ਹੋਈ ਆ। ਕੈਮਰਾਮੈਨ ਰੋਹਿਤ ਦੇ ਨਾਲ ਵਿਵੇਕਟਾ, ਦੈਨਿਕ ਸਵੇਰਾ TV, ਲੁਧਿਆਣਾ।